ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾਸ ਪਾਰਜਾ ਰੁੱਖ ਦੀ ਉਹ ਬੜੀ ਮਸ਼ਹੂਰ ਕਾਥਾ ਜਿਸ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਨੇ ਇਹ ਪਾਰਜਾਤ ਰੁੱਖ ਸੁਰਗ ਦੇ ਵਿੱਚੋਂ ਲਿਆ ਕੇ ਆਪਣੀ ਪਤਨੀ ਸਤਿਆਭਾਮਾ ਦੇ ਬਾਗੀਚੇ ਵਿੱਚ ਲਾਇਆ ਸੀਗਾ ਇਸ ਦਾ ਇੱਕ ਸੰਖੇਪ ਵਰਣ ਆਪ ਸਾਰੀਆਂ ਸੰਗਤਾਂ ਨਾਲ ਦਾਸ ਅੱਜ ਸਾਂਝਾ ਕਰਦਾ ਹੈਗਾ ਦੇਖੋ ਇੱਕ ਵਾਰ ਕੀ ਹੋਇਆ ਸੀਗਾ ਕਿ ਕ੍ਰਿਸ਼ਨ ਭਗਵਾਨ ਦੇ ਮਹਿਲਾਂ ਦੇ ਅੰਦਰ ਇੱਕ ਵਾਰ ਸਤ ਸੰਗਤ ਹੋਈ ਸੀ। ਇਹ ਸੰਗਤ ਦੇ ਵਿੱਚ ਬਹੁਤ ॠषि मुनि ਇਕੱਠੇ ਹੋਏ ਸੀ ਤੇ ਇਸ ਦੇ ਵਿੱਚ ਇੱਕ ॠषि ਨੇ ਪਾਰ ਜਾਤ ਰੁਖ ਦੀ ਸੀ ਜਿਹੜੀ ਸਾਰੀ ਗਾਥਾ ਸੀਗੀ। ਇਸ ਦੇ ਵਿੱਚ ਸਾਰੀ ਸੰਗਤ ਨੂੰ ਸੁਣਾਈ ਸੀ। ਜਦ ਸੰਗਤ ਇਹ ਗਾਥਾ ਸੁਣ ਰਹੀ ਸੀ ਤੇ ਇਹ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਦੇ ਨਾਲ ਇਹਨਾਂ ਦੀ ਪਤਨੀ ਸਤਿਆ ਭਾਮਾ ਵੀ ਬੈਠੇ ਇਹ ਗਾਥਾ ਸੁਣ ਰਹੇ ਸੀ। ਜੋ ਜੋ ਇਹ ਗਾਥਾ ਸੁਣ ਰਹੇ ਸੀ ਇਸ ਤੋਂ ਬਾਅਦ ਜਦੋਂ ਗਾਥਾ ਸੰਪੂਰਨ ਹੋਈ ਉਸ ਤੋਂ ਬਾਅਦ ਸਾਰੇ ਰਿਸ਼ੀ मुनि ਆਪੋ ਆਪਣੇ ਸਥਾਨਾਂ ਤੇ ਚਲੇ ਗਏ ਫਿਰ ਸਤਿਆ ਭਾਮਾ ਜੀ ਨੇ ਮਨ ਦੇ ਵਿੱਚ ਇਹ ਆਇਆ ਕਿ ਜੇ ਇਸ ਪਾਰਜਾਤ ਰੁੱਖ ਦੀ ਜਿਹੜੀ ਵਿਸ਼ੇਸ਼ਤਾ ਹੈਗੀ ਉਹ ਰਿਸ਼ੀਆ मुनि ਨੇ ਸੁਣਾਈ ਆ ਇਹ ਜਿਹੜਾ ਹਨਾ ਪਾਰਜਾਤ ਰੁੱਖ ਹੈਗਾ ਇਹ ਮੇਰੇ ਬਗੀਚੇ ਦੀ ਵੀ ਸੋਭਾ ਬਣਨਾ ਚਾਹੀਦਾ ਹੈ ਪਰ ਕਿਉਂਕਿ ਸੁਰਗ ਦੇ ਵਿੱਚ ਪਾਰਜਾਤ ਰੁੱਖ ਹੈਗਾ ਹੈ ਇੰਦਰ ਦੇ ਦਰਬਾਰ ਦੀ ਸੋਭਾ ਹੈਗੀ ਉਹ ਉੱਥੋਂ ਲਿਆਉਣਾ ਵੀ ਕੋਈ ਖਾਲਾ ਜੀ ਦਾ ਬੜਾ ਨਹੀਂ ਸੀ ਇਸ ਕਰਕੇ ਜਿਹੜੀ ਸਤਿਆਪਾਹਮਾ ਸੀਗੀ ਇਹਨੇ ਆਪਣੀਆਂ ਜਿਹੜੀਆਂ ਗੋਲੀਆਂ ਦਾਸੀਆਂ ਉਹਨਾਂ ਦੇ ਨਾਲ ਇਹ ਵਿਚਾਰ ਕੀਤੀ ਕਿ ਕਿਵੇਂ ਹੋ ਸਕਦਾ ਹੈਗਾ ਕਿ ਉਹ ਜਿਹੜਾ ਪਾਰਜਾਤ ਰੁੱਖ ਹੈਗਾ ਉਹ ਸੁਰਗ ਦੇ ਵਿੱਚੋਂ ਮੇਰੇ ਦਰਬਾਰ ਦੀ ਸੋਭਾ ਬਣੇ ਜਦ ਇੰਨੀ ਗੱਲ ਹੋਈ ਸੀ ਤਾਂ ਫੇਰ ਉਹਨਾਂ ਗੋਲੀਆਂ ਨੇ ਹੀ ਸਤਿਆਪਾਹਮਾ ਨੂੰ ਇਹ ਸਲਾਹ ਦਿੱਤੀ ਸੀਗੀ ਕਿ ਪਾਰਜਾਤ ਰੁੱਖ ਨੂੰ ਇਸ ਟਾਈਮ ਕੋਈ ਇਸ ਧਰਤੀ ਤੇ ਲਿਆਉਣ ਦੇ ਸਮਰੱਥ ਨਹੀਂ ਆ ਉਹ ਇਕੋ ਇਕ ਹੈ ਉਹ ਹੈ ਤੇਰੇ ਪਤੀ ਕ੍ਰਿਸ਼ਨ ਪੂਵਨ ਖੁਦ ਅਗਰ ਤੂੰ ਕ੍ਰਿਸ਼ਨ ਭਗਵਾਨ ਨੂੰ ਕਿਸੇ ਤਰ੍ਹਾਂ ਬਚਨਾਂ ਦੇ ਵਿੱਚ ਬੰਨ ਲਵੇਂ ਤਾਂ ਫਿਰ ਕ੍ਰਿਸ਼ਨ ਭਗਵਾਨ ਉਪਾਰਜਤ ਰੁੱਖ ਲਿਆ ਕੇ ਤੇਰੇ ਬਾਗ ਦੀ ਸੋਭਾ ਬਣਾ ਸਕਦੇ ਆ ਸੋ ਇਹ ਜਿਹੜੀ ਵਿਚਾਰ ਸੀਗੀ ਇਹ ਸਤਿਆ ਭਾਮਾ ਨੂੰ ਬਹੁਤ ਵਧੀਆ ਲੱਗੀ ਉਹ ਫਿਰ ਸੋਚ ਰਹੀ ਰਹੀ ਬਈ ਮੈਂ ਕ੍ਰਿਸ਼ਨ ਭਗਵਾਨ ਨੂੰ ਕਿਵੇਂ ਬਚਨਾਂ ਦੇ ਬੰਨਾਂ ਸੋਚ ਕੇ ਫਿਰ ਉਹਨੇ ਇੱਕ ਬੜੀ ਸੁੰਦਰ ਵਿਉਂਤ ਬਣਾਈ ਕ੍ਰਿਸ਼ਨ ਭਗਵਾਨ ਜੀ ਨੂੰ ਆਪਣੇ ਮੇਲਾ 'ਚ ਬੁਲਾਇਆ ਜਦ ਮੇਲਾ 'ਚ ਬੁਲਾਇਆ ਤੇ ਬਹੁਤ ਸਾਰੀਆਂ ਜਦ ਉਹਨੇ ਪਿਆਰ ਦੀਆਂ ਗੱਲਾਂ ਕੀਤੀਆਂ ਪਿਆਰ ਦੀਆਂ ਗੱਲਾਂ ਕਰਨ ਤੋਂ ਬਾਅਦ ਅਖੀਰ ਫਿਰ ਸੱਤਿਆ ਭਮੈ ਕ੍ਰਿਸ਼ਨ ਜੀ ਨੂੰ ਇਹ ਸਵਾਲ ਪੁੱਛ ਲੈ ਆ ਸਗਾ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਜਦ ਇੰਨੀ ਗੱਲ ਹੋਈ ਤਾਂ ਫਿਰ ਕ੍ਰਿਸ਼ਨ ਪਗਵਾ ਹੱਸ ਕੇ ਹੱਸ ਕੇ ਕਹਿਣ ਲੱਗੇ ਕਿ ਇਹ ਵੀ ਕੋਈ ਦੱਸਣ ਵਾਲੀ ਗੱਲ ਹੈਗੀ ਹੈ ਪਿਆਰ ਜਿਹੜਾ ਹੈਗਾ ਉਹ ਖਰਾਨਾ ਬਿਆਨ ਨਹੀਂ ਹੁੰਦਾ ਕਿਉਂਕਿ ਪਿਆਰ ਤਾਂ ਪਿਆਰ ਹੀ ਹੈ ਪਿਆਰ ਤਾਂ ਕੱਲਾ ਮਹਿਸੂਸ ਕੀਤਾ ਜਾ ਸਕਦਾ ਅਨੁਭਵ ਕੀਤਾ ਜਾ ਸਕਦਾ ਹੈ ਇਹ ਦੱਸਿਆ ਨਹੀਂ ਜਾ ਸਕਦਾ ਨਾ ਦਿਖਾਇਆ ਜਾ ਸਕਦਾ ਹੈ ਜਦੋਂ ਕ੍ਰਿਸ਼ਨ ਭਗਵਾਨ ਜੀ ਨੇ ਇਹ ਗੱਲ ਸਤਿਆਪਾਮਾ ਨੂੰ ਕਹੀ ਸੀ ਤੇ ਸਤਿਆਪਾਮਾ ਕਹਿਣ ਲੱਗੇ ਕਹਿੰਦੇ ਵੀ ਚਲੋ ਠੀਕ ਆ ਪਰ ਮੈਂ ਤਾਂ ਇਸ ਚੀਜ਼ ਨੂੰ ਤਾਂ ਦੇ ਹੀ ਮੰਨੂਗਾ ਕਿ ਤੁਸੀਂ ਮੈਨੂੰ ਬਹੁਤ ਵੱਡਾ ਪਿਆਰ ਕਰਦੇ ਹੋ ਬਹੁਤ ਜ਼ਿਆਦਾ ਪਿਆਰ ਕਰਦੇ ਆ ਜੇਕਰ ਤੁਸੀਂ ਇੰਦਰ ਦਰਬਾਰ ਦੇ ਵਿੱਚ ਲੱਗਾ ਪਾਰਜਤ ਰੁੱਖ ਲਿਆ ਕੇ ਮੇਰੇ ਬਾਗ ਦੇ ਵਿੱਚ ਲਾ ਦਿਓ ਤੇ ਮੇਰੇ ਬਾਗ ਦੀ ਸੋਪਾ ਬਣ ਜਾਵੇ ਜਦ ਇਹ ਗੱਲ ਜਿਹੜੀ ਸੀਗੀ ਇਹ ਸਤਿਆਪਾਮਾ ਨੇ ਕ੍ਰਿਸ਼ਨ ਜੀ ਨੂੰ ਕਹੀ ਤੇ ਫਿਕਰੀ ਸੰਜੀ ਚੁੱਪ ਕਰ ਗਏ ਕਿਉ ਪੁਕਾਰਨ ਤੋਂ ਬਾਅਦ ਫਿਰ ਸਤਿਆਪਾਮਾ ਕਹਿਣ ਲੱਗੀ ਕਿ ਢਾਡੀ ਚੁੱਪੀ ਤੋਂ ਮੈਨੂੰ ਲੱਗਦਾ ਹੈਗਾ ਕਿ ਤੁਸੀਂ ਮੈਨੂੰ ਇੰਨਾ ਪਿਆਰ ਪ੍ਰੇਮ ਨਹੀਂ ਕਰਦੇ ਫਿਰ ਕ੍ਰਿਸ਼ਨ ਜੀ ਕਹਿਣ ਲੱਗੇ ਚਲ ਠੀਕ ਆ ਅਗਰ ਤੂੰ ਇਸੇ ਤਰ੍ਹਾਂ ਹੀ ਆਪਣੇ ਪ੍ਰੇਮ ਨੂੰ ਪਰਖਣਾ ਚਾਹੁੰਦੀ ਆ ਤਾਂ ਮੈਂ ਉਹ ਪਾਰਜਾਤ ਰੁੱਖ ਲਿਆ ਕੇ ਤੇਰੇ ਬਾਗ ਦੇ ਵਿੱਚ ਲਿਆ ਕੇ ਤੇ ਤੇਰੇ ਬਾਗ ਦੀ ਸ਼ੋਭਾ ਜ਼ਰੂਰ ਬਣਾ ਦਊਗਾ ਬਸ ਇਹ ਜਿਹੜਾ ਬਚਨ ਸੀਗਾ ਫਿਰ ਕ੍ਰਿਸ਼ਨ ਭਗਵਾਨ ਜੀ ਨੇ ਆਪਣੀ ਪਤਨੀ ਸਤਿਆਪਾਮਾ ਨੂੰ ਦਿੱਤਾ ਸੀਗਾ ਉਸ ਤੋਂ ਬਾਅਦ ਫਿਰ ਕ੍ਰਿਸ਼ਨ ਭਗਵਾਨ ਨੇ ਸੋਚਿਆ ਕਿ ਇਸ ਤਰ੍ਹਾਂ ਕਿਸੇ ਦੇ ਘਰੋਂ ਚੀਜ਼ ਚੱਕ ਕੇ ਲਿਉਣੀ ਇਹ ਵੀ ਜਿਹੜੀ ਹੈ ਇਹ ਕੋਈ ਚੰਗੀ ਗੱਲ ਨਹੀਂ ਆ ਸਭ ਤੋਂ ਪਹਿਲਾਂ ਸਾਨੂੰ ਉਹਦੇ ਤੇ ਅਸਾਨ ਕਰਨਾ ਚਾਹੀਦਾ ਹੈਗਾ ਵੀ ਉਹਦਾ ਕੋਈ ਐਸਾ ਕੰਮ ਕਰੀਏ ਜਿਸ ਕੰਮ ਦੇ ਨਾਲ ਇੰਦਰ ਦੇਵਤਾ ਤੇ ਉਹਦਾ ਪਰਿਵਾਰ ਤੇ ਜਿੰਨੇ ਬੜੀ ਦੇਵਤੇ ਉਹ ਖੁਸ਼ ਹੋ ਜਾਣ ਪਹਿਲਾਂ ਤਾਂ ਉਹਨਾਂ ਦਾ ਕੋਈ ਨਾ ਕੋਈ ਕਾਰਜ ਜ਼ਰੂਰ ਸਵਾਰਨਾ ਚਾਹੀਦਾ ਹੈ ਜਦੋਂ ਖੁਸ਼ ਹੋਣਗੇ ਤੇ ਫੇਰ ਹੀ ਮੈਂ ਇਹ ਪਰਜਾਤ ਰੁੱਖ ਦੀ ਮੰਗ ਕਰ ਸਕਦਾ ਹੈਗਾ ਹੁਣ ਦੇਖੋ ਕ੍ਰਿਸ਼ਨ ਭਗਵਾਨ ਜੀ ਨੇ ਮਨ 'ਚ ਵਿਚਾਰ ਕੀਤੀ ਵਿਚਾਰ ਕਰਨ ਤੋਂ ਬਾਅਦ ਫਿਰ ਕ੍ਰਿਸ਼ਨ ਭਗਵਾਨ ਕਿਉਂਕਿ ਉਹਨਾਂ ਨੂੰ ਸਭ ਪਤਾ ਸੀਗਾ ਫਿਰ ਵੀ ਉਹਨਾਂ ਨੇ ਆਪਣੇ ਜਿਹੜੇ ਦੇਵੀ-ਦੇਵਤੇ ਸੀਗੇ ਇੰਦਰਪੁਰੀ ਦੇ ਉਹਨਾਂ ਨੂੰ ਪੁੱਛਿਆ ਕੋਈ ਐਸੀ ਗੱਲ ਮੈਨੂੰ ਇਹ ਦੱਸੋ ਕਿ ਜਿਸ ਗੱਲ ਦੇ ਵਿੱਚ ਮੈਨੂੰ ਪਤਾ ਲੱਗੇ ਵੀ ਉਹ ਗੱਲ ਜਿਹੜਾ ਇੰਦਰ ਵੀ ਆ ਉਹ ਆਪਣੇ ਜੀਵਨ ਕਾਲ ਦੇ ਵਿੱਚ ਪੂਰੀ ਨਹੀਂ ਕਰ ਸਕਿਆ ਜਦ ਫਿਰ ਇਹ ਗੱਲ ਹੋਈ ਸੀ ਫਿਰ ਦੇਵਤੇ ਆ ਨੇ ਕ੍ਰਿਸ਼ਨ ਭਗਵਾਨ ਨੂੰ ਦੱਸਿਆ ਸੀ ਕਿ ਇੰਦਰ ਦੀ ਮਾਂ ਦੇ ਇੱਕ ਕੁੰਡਲ ਹੈਗੇ ਆ ਇਹ ਜਿਹੜੇ ਕੁੰਡਲਵਾ ਹਨ ਇਹਨਾਂ ਦੇ ਵਿੱਚ ਐਸੀ ਵਿਭ ਕਲਾ ਹੈਗੀ ਆ ਕਿ ਜਿਹੜਾ ਵੀ ਉਸ ਕੁੰਡਲ ਨੂੰ ਧਾਰਨ ਕਰ ਲੈਂਦਾ ਖਾਸ ਕਰਕੇ ਔਰਤ ਕੁੰਡਲ ਧਾਰਨ ਕਰਨ ਦੇ ਨਾਲ ਕੁੰਡਲ ਦੇ ਵਿੱਚੋਂ ਅਮਰ ਦੀ ਐਸੀ ਧਾਰਾ ਚੱਲਦੀ ਹੈਗੀ ਕਿ ਉਸ ਧਾਰਾ ਦੇ ਨਾਲ ਜਿਹੜੀ ਇਸਤਰੀ ਹੈਗੀ ਸਦਾ ਖੂਬਸੂਰਤ ਤੇ ਜਵਾਨ ਰਹਿੰਦੀ ਆ ਉਹਨਾਂ ਕੁੰਡਲਾਂ ਦੇ ਵਿੱਚ ਐਸੀ ਸ਼ਕਤੀ ਛੁਪੀ ਹੋਈ ਆ ਤੇ ਫਿਰ ਦੇਵਤਿਆਂ ਨੇ ਕ੍ਰਿਸ਼ਨ ਭਗਵਾਨ ਨੂੰ ਇਹ ਵੀ ਦੱਸਿਆ ਸੀ ਕਿ ਉਹ ਜਿਹੜੇ ਕੁੰਡਲ ਵਾ ਹਨ ਉਹ ਇੱਕ ਬਹੁਤ ਦੈਂਤ ਸ਼ਕਤੀਸ਼ਾਲੀ ਹੈਗਾ ਉਹ ਆਪਣੀ ਪੂਰੀ ਤਾਕਤ ਤੇ ਬਲਬੂਤੇ ਦੇ ਅਨਸਾਰ ਇਹ ਕੁੰਡਲ 인ਦਰ ਦੀ ਮਾਤਾ ਤੋਂ ਜ਼ਬਰਦਸਤ ਲੈ ਕੇ ਆਪਣੇ ਮਹਿਲਾਂ ਦੇ ਵਿੱਚ ਚਲਾ ਗਿਆ ਹੈ ਤੇ ਉਹਨੇ ਇਹ ਵੀ ਚੈਲੰਜ ਕੀਤਾ ਹੈ ਸਾਰੇ ਦੇਵਤਿਆਂ ਨੂੰ ਕਿ ਅਗਰ ਕਿਸੇ ਚ ਹਿੰਮਤ ਹੈਗੀ ਹੈ ਤਾਂ ਇਹ ਕੁੰਡਲ ਮੈਨੂੰ ਯੋਧੇ ਵਿੱਚ ਹਰਾ ਕੇ ਲੈ ਕੇ ਜਾ ਸਕਦੇ ਆ ਪਰ ਕਹਿੰਦੇ ਵੀ ਕੋਈ ਵੀ ਦੇਵਤਾ ਉਹਨੂੰ ਹਰਾ ਨਹੀਂ ਸਕਿਆ ਇਥੋਂ ਤੱਕ ਇੰਦਰ ਦੇਵਤਾ ਵੀ ਜਿਹੜਾ ਉਸ ਰਾਖਸ਼ ਦੇ ਮੂਰੇ ਬੇਬਸ ਹੋ ਗਿਆ ਸੀਗਾ ਤੇ ਇਸ ਕਰਕੇ ਉਹ ਜਿਹੜੀ ਕੁੰਡਲ ਹੈਗਿਆ ਇੰਦਰ ਦੇਵਤੀ ਦੀ ਮਾਤਾ ਦੇ ਤੇ ਅਗਰ ਕੋਈ ਲਿਆ ਕੇ ਦੇਵੇ ਤਾਂ ਫਿਰ ਉਹਦੇ ਅੰਦਰ ਪੂਰੀ ਦੀ ਵਿੱਚ ਜੈਜਕਾਰ ਹੋ ਸਕਦੀ ਆ ਜਦ ਇਹ ਗੱਲ ਜਿਹੜੀ ਸੀ ਕ੍ਰਿਸ਼ਨ ਭਗਵਾਨ ਨੂੰ ਦੇਵਤਿਆਂ ਨੇ ਦੱਸੀ ਸੀ ਫਿਰ ਕ੍ਰਿਸ਼ਨ ਭਗਵਾਨ ਜਿਹੜੇ ਸੀਗੇ ਸਭ ਤੋਂ ਪਹਿਲਾਂ ਉਸ ਦੈਂਤ ਰਾਖਸ਼ ਦੇ ਕੋਲ ਗਏ ਉਹਨੂੰ ਜਾ ਕੇ ਇੰਦਰ ਦੇਵਤੇ ਦੀ ਮਾਂ ਦੀ ਕੁੰਡਲਾਂ ਦੀ ਮੰਗ ਕੀਤੀ ਜਦ ਇੰਦਰਦੇਵਤੇ ਦੇ ਮਾਂ ਦੀ ਕੁੰਡੜਾਂ ਦੀ ਮੰਗ ਉਸ ਰਾਖਸ਼ ਤੋਂ ਕੀਤੀ ਤੇ ਉਹ ਰਾਖਸ਼ ਜਿਹੜਾ ਸੀਗਾ ਬੜਾ ਖੜ ਖੜਾ ਕੇ ਹੱਸਿਆ ਤੋ ਕਹਿਣ ਲੱਗਾ ਕਿ ਇਹ ਕੁੰਡੜੇ ਇਹ ਨਹੀਂ ਵੀ ਤੂੰ ਮੰਗ ਲੈ ਤੇ ਮੈਂ ਦੇ ਦਿੱਤੇ ਇਹਦੇ ਬੱਤੇ ਤੈਨੂੰ ਮਰਨਾ ਜੁੱਧ ਕਰਨਾ ਪਊਗਾ ਤੇ ਜਿਹੜਾ ਜੁੱਧੇ ਵਿੱਚ ਜਿੱਤ ਜਾਊਗਾ ਉਹ ਕੁੰਡੜਾਂ ਦਾ ਅਧਿਕਾਰੀ ਹੋ ਜਾਊਗਾ ਫਿਰ ਦੇਖੋ ਉਸ ਟਾਈਮ ਫੇ ਕ੍ਰਿਸ਼ਨ ਭਗਵਾਨ ਜੀ ਨੇ ਜਦ ਫਿਰ ਸ਼ੰਖ বাজਾਇਆ ਸੀ ਸ਼ੰਖ ਬਜਾਉਣ ਤੋਂ ਬਾਅਦ ਉਸ ਰਾਖਸ਼ ਬਜ ਤੇ ਕ੍ਰਿਸ਼ਨ ਭਗਵਾਨ ਜੀ ਚ ਜੁੱਧ ਹੋਇਆ ਸੀਗਾ ਤੇ ਜਿਸ ਯੋਧ ਦੇ ਵਿੱਚ ਕ੍ਰਿਸ਼ਨ ਭਗਵਾਨ ਨੇ ਉਸ ਰਾਖਸ਼ ਦਾ ਵਧ ਕਰਕੇ ਉਹ ਜਿਹੜੇ ਕੁੰਡਲ ਸੀਗੇ ਲਿਆ ਕੇ ਫਿਰ ਇੰਦਰ ਦੀ ਮਾ ਨੂੰ ਸੁਰਗ ਦੇ ਵਿੱਚ ਦਿੱਤੇ ਸੀਗੇ ਜਦ ਇੰਦਰਪੁਰੀ ਦੇ ਵਿੱਚ ਇਹਦੀ ਮਾਤਾ ਨੂੰ ਉਹ ਕੁੰਡਲ ਮਿਲੇ ਸੀ ਅੰਦਰ ਦੇਵਤੇ ਦੀ ਤਾਂ ਫਿਰ ਜਿਹੜੀ ਇੰਦਰ ਦੇਵਤੇ ਦੀ ਮਾਤਾ ਸੀ ਉਹ ਬੜੇ ਪ੍ਰਸੰਨ ਹੋਏ ਸੀ ਜਦ ਪ੍ਰਸੰਨ ਹੋਏ ਸੀ ਤੇ ਇਸ ਪ੍ਰਸੰਨਤਾ ਦੇ ਵਿੱਚ ਕ੍ਰਿਸ਼ਨ ਭਗਵਾਨ ਦੇ ਅੰਦਰਪੁਰੀ ਦੇ ਵਿੱਚ ਜਾਇਜਾਕਾਰ ਹੋਈ ਤਾਂ ਫਿਰ ਇੰਦਰ ਦੇਵਤੇ ਦੀ ਮਾਤਾ ਨੇ ਕ੍ਰਿਸ਼ਨ ਭਗਵਾਨ ਨੂੰ ਕਹਿ ਤਾ ਕਿ ਤੁਸੀਂ ਸਾਡਾ ਅਜਿਹਾ ਕੰਮ ਕੀਤਾ ਕਿ ਜਿਹਨੂੰ 33 ਕਰੋੜ ਦੇਵਤਿਆਂ ਦੇ ਵਿੱਚੋਂ ਕੋਈ ਵੀ ਦੇਵਤਾ ਕਰ ਨਹੀਂ ਸੀ ਸਕਦਾ ਇਸ ਕਰਕੇ ਫਿਰ ਇੰਦਰ ਦੀ ਮਾਤਾ ਨੇ ਫਿਰ ਕ੍ਰਿਸ਼ਨ ਭਗਵਾਨ ਨੂੰ ਕਿਹਾ ਸੀਗਾ ਵੀ ਕੋਈ ਐਸਾ ਕੰਮ ਦੱਸੋ ਵੀ ਜਿਹੜਾ ਕੰਮ ਅਸੀਂ ਆਪ ਦੀ ਸੇਵਾ ਵਾਸਤੇ ਕਰ ਸਕੀਏ ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਕ੍ਰਿਸ਼ਨ ਭਗਵਾਨ ਜੀ ਨੇ ਬੜੇ ਨਾਟਕੀ ਢੰਗ ਦੇ ਨਾਲ ਇੰਦਰ ਦੇ ਪਰਿਵਾਰ ਨੂੰ ਇਹ ਕਹਿ ਦਿੱਤਾ ਸੀਗਾ ਕਿ ਵੈਸੇ ਤਾਂ ਮੈਨੂੰ ਕੋਈ ਕੰਮ ਨਹੀਂ ਆ ਪਰ ਹਾਂ ਇੱਕ ਕੋਈ ਐਸਾ ਕਾਰਜ ਹੈਗਾ ਵੀ ਜਿਹੜਾ ਮੇਰੀ ਪਤਨੀ ਦੀ ਇੱਛਾ ਹੈਗੀ ਆ ਵੀ ਉਹ ਕਾਰਜ ਅਗਰ ਤੁਸੀਂ ਥੋੜਾ ਪੂਰਾ ਕਰਦੇ ਹੋ ਤੇ ਉਹਦਾ ਚਾਹ ਲੈ ਜਾਊਗਾ ਤੇ ਫਿਰ ਕਹਿੰਦੇ ਵੀ ਮੈਂ ਆਪਣੇ ਧੰਨ ਭਾਗ ਸਮਝੂਗਾ ਜਦ ਇੰਨੀ ਗੱਲ ਹੋਈ ਆ ਤੇ ਫਿਰ ਇੰਦਰ ਦੇਵਤੇ ਦੀ ਮਾਤਾ ਨੇ ਪੁੱਛਿਆ ਸਿਕਾ ਵੀ ਉਹ ਕਿਹੜਾ ਕਾਰਜ ਹੈਗਾ ਤੁਸੀਂ ਦੱਸੋ ਅਗਰ ਸਾਡੇ ਕੋਈ ਸੇਵਾ ਲਾਇਕ ਹੋਈ ਜਿਸ ਚੀਜ਼ ਦੀ ਜ਼ਰੂਰਤ ਆ ਸੀ ਤੁਹਾਨੂੰ ਦੇ ਦੇਵਾਂਗੇ ਜਦ ਇਹਨੀ ਗੱਲ ਹੋਈ ਸੀ ਤਾਂ ਫੇਰ ਕ੍ਰਿਸ਼ਨ ਭਗਵਾਨ ਨੇ ਕਹਿਤਾ ਸੀਗਾ ਕਿ ਤੁਹਾਡੇ ਰਾਜ ਦੇ ਵਿੱਚ ਜਿਹੜਾ ਪਾਰਜਾਤ ਰੁੱਖ ਹੈਗਾ ਨਾ ਉਹ ਪਾਰਜਾਤ ਰੁੱਖ ਮੇਰੀ ਪਤਨੀ ਸਤਿਆਭਾਮਾ ਨੇ ਮੰਗ ਕੀਤੀ ਆ ਤੇ ਉਹ ਚਾਹੁੰਦੀ ਆ ਕਿ ਇਹ ਪਾਰਜਾਤ ਦੁੱਖ ਮੇਰੇ ਬਾਗ ਦੀ ਸੋਭਾ ਬਣੇ ਇਸ ਕਰਕੇ ਤੁਸੀਂ ਹਨ ਜਿੰਨਾ ਵੀ ਟਾਈਮ ਹੋ ਸਕਦਾ ਹੈਗਾ ਉਹ ਕੋਸ਼ਿਸ਼ ਟਾਈਮ ਦੇ ਵਾਸਤੇ ਇਹ ਪਰਜਾ ਰੁੱਖ ਮੈਨੂੰ ਦੇ ਦਿਓ ਤਾਂ ਜੋ ਮੈਂ ਇਹ ਪਰਜਾਤ ਰੁੱਖ ਲਿਆ ਕੇ ਸਤਿਆਪਾਮਾ ਦੇ ਦਰਬਾਰ ਦੇ ਵਿੱਚ ਲਾ ਦੇ ਆ ਉਹਦੇ ਬਾਗ ਦੇ ਵਿੱਚ ਲਾ ਦੇ ਜਦ ਇੰਨੀ ਗੱਲ ਹੋਈ ਤਾਂ ਫੇਂਦਰ ਦੀ ਮਾਤਾ ਜੀ ਚੁੱਪ ਕਰ ਗਏ ਪਰ ਫਿਰ ਵੀ ਕਹਿਣ ਲੱਗੇ ਕਿ ਮੈਂ ਆਪਣੇ ਪੁੱਤਰ ਇੰਦਰ ਦੇ ਨਾਲ ਇਹ ਸਾਰੀ ਸਲਾਹ ਕਰਕੇ ਫਿਰ ਤੈਨੂੰ ਦੱਸਾਂਗੇ ਜਦ ਇੰਦਰ ਦੀ ਮਾਤਾ ਨੇ ਇੰਦਰ ਦੇਵਤੇ ਨੂੰ ਇਹ ਦੱਸਿਆ ਤਾਂ ਇੰਦਰ ਦੇਵਤੇ ਦੇ ਹੋਸ਼ ਉੱਡ ਗਏ ਯਾ ਤੇ ਇੰਦਰ ਦੇਵਤਾ ਸੁਣ ਕੇ ਬੜਾ ਹੈਰਾਨ ਹੋਇਆ ਅੰਦਰੋਂ ਕੰਬ ਗਿਆ ਬੇ ਇਹ ਤਾਂ ਬੜੀ ਦੁਰਲੱਭ ਵਸਤੂ ਆ ਜਿਹੜੀ ਸਮੁੰਦਰ ਮੰਥਨ ਦੇ ਟਾਈਮ ਨਿਕਲੀ ਸੀਗੀ ਇਹ ਮੈਂ ਇਸ ਨੂੰ ਕਿਸ ਤਰ੍ਹਾਂ ਇਦਾਂ ਦੇ ਦਿਆਂ ਹਾਂ ਪਰ ਫਿਰ ਵੀ ਕਿਉਂਕਿ ਉਹਨੂੰ ਪਤਾ ਸੀਗਾ ਕਿ ਕ੍ਰਿਸ਼ਨ ਭਗਵਾਨ ਨੇ ਮੇਰੀ ਮਾਤਾ ਦੇ ਕੁੰਡਲ ਲੈ ਕੇ ਆਂਦੇ ਆ ਤੇ ਇਸ ਕਰਕੇ ਮੈਂ ਸਿੱਧਾ ਜਵਾਬ ਨਹੀਂ ਦੇ ਸਕਦਾ ਇਸ ਕਰਕੇ ਜਵਾਬ ਨੂੰ ਮੈਂ ਬੜਾ ਘੁਮਾ ਕੇ ਦਵਾਗਾ ਫਿਰ ਇੰਦਰ ਦੇਵਤੇ ਨੇ ਕ੍ਰਿਸ਼ਨ ਭਗਵਾਨ ਨੂੰ ਆਪਣੇ ਕੋਲ ਬੁਲਾਇਆ ਤੇ ਬੁਲਾ ਕੇ ਇਹ ਗੱਲ ਆਖੀ ਵੇ ਵੈਸੇ ਤਾਂ ਕੋਈ ਨਹੀਂ ਜੋ ਕੁਛ ਇੱਥੇ ਇੰਦਰਪੁਰੀ ਦੇ ਵਿੱਚ ਜਿੰਨੀਆਂ ਵੀ ਬਸਤੀਆਂ ਹੈਗੀਆਂ ਸਾਰੀਆਂ ਆਪਜੀ ਦੀਆਂ ਹੀ ਹੈ ਪਰ ਬਾਕੀ ਰਹੀ ਪਾਰਜਾਤ ਰੁੱਖ ਦੀ ਗੱਲ ਹੈ ਕਿਉਂਕਿ ਜਿਹੜੀ ਮੇਰੀ ਪਤਨੀ ਹੈਗੀ ਆ ਜਦ ਹਾਰ ਸ਼ਿੰਗਾਰ ਕਰਦੀ ਆ ਤੇ ਉਸ ਟਾਈਮ ਪਾਰਜਾ ਦੇ ਜਿਹੜੇ ਫੁੱਲ ਵਾ ਉਹ ਆਪਣੇ ਬਾਗਾਂ ਦੇ ਵਿੱਚ ਸਜਾਉਂਦੀ ਆ ਤੇ ਜਦੋਂ ਬਾਗਾਂ ਦੇ ਵਿੱਚ ਸਜਾਉਂਦੀ ਆ ਤੇ ਇਸ ਦੇ ਨਾਲ ਜਿੰਨੀਆਂ ਵੀ ਜਿਹੜੀ ਹੈ ਨਾ ਮਹਿਕ ਪੂਰੀ ਇੰਦਰਪੁਰੀ ਦੇ ਵਿੱਚ ਫੈਲਦੀ ਆ ਤੇ ਇਸ ਕਰਕੇ ਮੈਂ ਆਪਣੀ ਪਤਨੀ ਦੇ ਨਾਲ ਸਲਾਹ ਕਰਕੇ ਫਿਰ ਤਰਨਾ ਗੱਲ ਕਰਾਂਗਾ ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਇੰਦਰ ਨੇ ਜਿਆਦਾ ਆਪਣੀ ਪਤਨੀ ਦੇ ਨਾਲ ਗੱਲ ਕੀਤੀ ਸੀ ਤੇ ਹੁਣ ਪਤਨੀ ਦੇ ਵੀ ਮਨ 'ਚ ਸੀਗਾ ਵੀ ਇਹ ਜਿਹੜਾ ਪਾਰਜਾਤ ਰੁੱਖ ਹੈਗਾ ਅਗਰ ਇਹ ਧਰਤੀ ਤੇ ਚਲੇ ਗਿਆ ਇਹ ਮੁੜ ਕੇ ਸੁਰਗ ਦੇ ਵਿੱਚ ਨਹੀਂ ਆ ਸਕਦਾ ਫਿਰ ਉਸ ਨੇ ਸਿੱਧਾ ਹੀ ਕਹਿ ਦਿੱਤਾ ਕਿ ਭਾਈ ਧਰਤੀ ਦੀ ਜਿਹੜੀ ਕੋਈ ਵੀ ਚੀਜ਼ ਹੈਗੀ ਆ ਉਹ ਤਾਂ ਸਾਨੂੰ ਕੋਈ ਲਾਲਚ ਨਹੀਂ ਔਰ ਜਿਹੜੀ ਸੁਰਗ ਦੀ ਕੋਈ ਵੀ ਵਸਤੂ ਹੈਗੀ ਆ ਉਹ ਸਵਰਗ ਦੀ ਕੋਈ ਵੀ ਵਸਤੂ ਧਰਤੀ ਦੇ ਉੱਤੇ ਨਹੀਂ ਜਾ ਸਕਦੀ ਜਦ ਜਿਹੜੀ ਸੀ ਇੰਦਰ ਦੀ ਘਰ ਵਾਲੀ ਨੇ ਸਿੱਧਾ ਜਵਾਬ ਕ੍ਰਿਸ਼ਨ ਭਗਵਾਨ ਨੂੰ ਦਿੱਤਾ ਸੀ ਤੇ ਫਿਰ ਕ੍ਰਿਸ਼ਨ ਜੀ ਕਹਿਣ ਲੱਗੇ ਵੀ ਚਲੋ ਠੀਕ ਆ ਅਗਰ ਤੁਹਾਡੇ ਮਨ 'ਚ ਇਹ ਆ ਕਿ ਕੋਈ ਵੀ ਸੁਰਗਪੁਰੇ ਦੀ ਵਸਤੂ ਧਰਤੀ ਤੇ ਨਹੀਂ ਜਾ ਸਕਦੀ ਪਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਧਰਤੀ ਦਾ ਕੋਈ ਵੀ ਮਨੁੱਖ ਆਪ ਦੀ ਮਦਦ ਕਰਕੇ ਉਸ ਰਾਖਸ਼ ਦਾ ਦੈਂਤ ਕਰਕੇ ਉਹਦੇ ਕੁੰਡੜ ਆਪਣੀ ਮਾਤਾ ਨੂੰ ਨਹੀਂ ਦੇ ਸਕਦਾ ਸੀਗਾ ਪਰ ਤੁਸੀਂ ਕੁੰਡੜ ਮੰਨਦੇ ਉੱਤੇ ਦੇਖੋ ਕਿੰਨੀ ਇੱਥੇ ਜੈਜਾ ਕਰ ਕੀਤੀ ਕਿੰਨੀ ਪ੍ਰਸੰਤਾ ਕੀਤੀ ਆ ਪਰ ਤੁਸੀਂ ਕੁੰਡੜ ਤਾਂ ਮੇਰੇ ਹੱਥਾਂ ਤੇ ਲੈ ਲਿਆ ਪਰ ਬਾਕੀ ਰਹੀ ਪਾਰਜਤ ਰੁੱਖ ਦੀ ਗੱਲ ਉਹ ਤੁਸੀਂ ਮੈਨੂੰ ਦੇਣ ਤੋਂ ਬਹਾਨੇ ਕਰਦੇ ਜਦ ਇੰਨੀ ਗੱਲ ਹੋਈ ਤਾਂ ਫਿਰ ਸਾਰੇ ਚੁੱਪ ਕਰ ਗਏ ਤੇ ਫਿਰ ਕ੍ਰਿਸ਼ਨ ਜੀ ਕਹਿਣ ਲੱਗੇ ਕਿ ਮੈਂ ਤਾਂ ਆਪਣੀ ਪਤਨੀ ਸਤਿਆਭਾਮਾ ਨੂੰ ਵਚਨ ਦੇ ਕੇ ਆਇਆ ਕਿ ਇਹ ਪਾਰਜਤ ਰੁਖ ਮੈਂ ਕੁਛ ਟਾਈਮ ਲਈ ਉਹਦੇ ਬਾਗ ਦੀ ਸੋਭਾ ਬਣਾਵਾਂਗਾ ਤੇ ਇਸ ਕਰਕੇ ਜੇ ਤੁਸੀਂ ਨਹੀਂ ਦੇਣਾ ਹੈ ਤਾਂ ਫਿਰ ਭਾਈ ਤੁਸੀਂ ਮਨਣਾ ਜੁੱਧ ਕਰ ਲੋ ਜਦੋਂ ਕ੍ਰਿਸ਼ਨ ਭਗਵਾਨ ਜੀ ਨੇ ਇਹ ਗੱਲ ਆਖੀ ਸੀ ਤਾਂ ਉਸ ਟਾਈਮ ਫਿਰ ਕ੍ਰਿਸ਼ਨ ਭਗਵਾਨ ਜੀ ਨੇ ਇੱਕ ਹੱਥ ਦੇ ਵਿੱਚ ਸ਼ੰਖ ਫੜਿਆ ਸ਼ੰਖ ਫੜ ਕੇ ਜਦ ਬਜਾਇਆ ਤੇ ਜੁੱਧ ਦੀ ਘੋਸ਼ਣਾ ਕਰਦੀ ਤੇ ਦੂਜੇ ਪਾਸੇ ਪਾਰਜਤ ਰੁਖ ਪੁੱਟ ਕੇ ਜਿਹੜਾ ਸੀ ਉਹ ਆਪਣੇ ਹੱਥ ਤੇ ਹੱਥ ਨਾਲ ਫੜ ਲਿਆ ਜਦ ਫੜ ਲਿਆ ਤਾਂ ਫਿਰ ਕੀ ਸਗਾ ਦੋਨੇ ਪਾਸੋਂ ਤੋਂ ਫਿਰ ਇੰਦਰ ਦੇਵ ਤੇ ਦੇਵ ਵਿੱਚ ਇਫੇ ਕ੍ਰਿਸ਼ਨ ਭਗਵਾਨ ਦੇ ਵਿੱਚ ਉਸ ਇੰਦਰਪੁਰੀ ਚ ਜੁੱਧ ਹੋਇਆ ਜਦ ਜੁੱਧ ਹੋਇਆ ਤੇ ਫਿਰ ਜਿਹੜਾ ਕ੍ਰਿਸ਼ਨ ਭਗਵਾਨ ਦਾ ਵਾਹਨ ਸਗਾ ਗਰੜ ਉਹ ਇਸ ਜੁੱਧ ਦੇ ਵਿੱਚ ਆਇਆ ਜਾਂਦਾ ਆਇਆ ਤੇ ਫਿਰ ਉਹਨੇ ਦੇਖਿਆ ਵੀ ਭਾਈ ਦੋਨੇ ਪਾਸੇ ਜੁੱਧ ਹੋ ਰਿਹਾ ਇੱਕ ਪਾਸੇ ਇੰਦਰ ਇੱਕ ਪਾਸੇ ਕ੍ਰਿਸ਼ਨ ਭਗਵਾਨ ਜਾਂ ਜਿਹੜਾ ਗਰੜ ਸਗਾ ਉਸਨੇ ਇਸ ਯੁੱਧ ਨੂੰ ਦੇਖ ਕੇ ਜਿਉਂ ਹੀ ਆਪਣੇ ਜਿਹੜੇ ਖੰਭ ਸੀਗੇ ਉਹ ਫੜਫੜਾਏ ਜਾਂ ਤਾਂ ਖੰਭ ਉੱਚੀ ਉੱਚੀ ਹਲਾਏ ਜੋਰ-ਜੋਰ ਨਾਲ ਤੇ ਉਹਦੀ ਹਵਾ ਦੇ ਨਾਲ ਦੱਸ ਦੇ ਆ ਕਿ ਜਿੰਨੇ ਵੀ ਜਿਹੜੇ ਯੁੱਧ ਦੇ ਦੇਵੀ-ਦੇਵਤਿਆਂ ਦੇ ਜਿੰਨੇ ਵੀ ਸੈਨਿਕ ਸੀਗੇ ਸਾਰੇ ਹਵਾ ਦੇ ਵਿੱਚ ਉਡਣ ਲੱਗ ਪਏ ਜਦ ਉਸ ਹਵਾ ਦੇ ਵਹਾਅ ਦੇ ਵਿੱਚ ਉਸ ਨੇਰੀ ਦੇ ਵਿੱਚ ਜਦ ਉੱਡਣੇ ਸ਼ੁਰੂ ਹੋ ਗਏ ਤਾਂ ਮੈਦਾਨ ਖਾਲੀ ਹੋਣ ਲੱਗ ਪਿਆ ਤੇ ਫਿਰ ਇੰਦਰ ਨੇ ਕਬਰਾ ਆ ਕੇ ਉਸ ਟਾਈਮ ਇੱਕ ਗਊ ਮਾਤਾ ਦਾ ਆਹਵਾਨ ਕੀਤਾ ਜਦੋਂ ਨੇ ਗਊ ਮਾਤਾ ਦਾ ਅਹਵਾਨ ਕੀਤਾ ਤਾਂ ਫਿਰ ਉਹ ਜਿਹੜੀ ਗਊ ਸੀ ਪ੍ਰਗਟ ਹੋ ਗਈ ਕਿਉਂਕਿ ਇੰਦਰ ਦੇਵਤੇ ਨੇ ਉਸ ਗਊ ਮਾਤਾ ਤੋਂ ਇਹ ਵਰਦਾਨ ਲਿਆ ਸੀਗਾ ਕਿ ਅਗਰ ਕਿਤੇ ਸੰਕਟ ਦੀ ਘੜੀ ਹੋਵੇ ਤੇ ਮੈਂ ਤੈਨੂੰ ਯਾਦ ਕਰਾਂ ਤੇ ਤੂੰ ਮੇਰੀ ਸਹਾਇਤਾ ਕਰੋਗੀ ਦੇਖੋ ਜਦ ਉਹ ਜਿਹੜੀ ਗਾਂ ਸੀ ਜਦ ਆ ਇਸ ਮਦਾਨੇ ਜੰਗ 'ਚ ਉਤਰੀ ਸੀ ਤਾਂ ਇਹ ਜਦ ਗਾਂ ਜੁਦ ਕਰਨ ਵਾਸਤੇ ਕ੍ਰਿਸ਼ਨ ਭਗਵਾਨ ਦੇ ਅੱਗੇ ਆਈ ਤਾਂ ਹੁਣ ਗਊ ਮਾਤਾ ਜਾਣ ਕੇ ਕ੍ਰਿਸ਼ਨ ਭਗਵਾਨ ਨੇ ਆਪਣਾ ਜਿਹੜਾ ਹਥਿਆਰ ਸੀਗਾ ਉਹ ਥੱਲੇ ਰੱਖ ਦਿੱਤਾ ਜਦ ਹਥਿਆਰ ਥੱਲੇ ਰੱਖ ਦਿੱਤਾ ਹੈਗਾ ਤੇ ਹਥਿਆਰ ਰੱਖਣ ਤੋਂ ਬਾਅਦ ਫਿਰ ਜਿਹੜਾ ਇੰਦਰ ਦੇਵਤਾ ਸਗਾ ਉਹ ਦੱਸਦੇ ਖੁਸ਼ ਹੋ ਗਿਆ ਵੀ ਹੁਣ ਤਾਂ ਜਿਹੜਾ ਕ੍ਰਿਸ਼ਨ ਉਹ ਮਰਨਾ ਜੰਗ ਨਹੀਂ ਕਰ ਸਕਦੇ ਪਰ ਉਸ ਤੋਂ ਬਾਅਦ ਫਿਰ ਜਿਹੜਾ ਗਰੜ ਸਗਾ ਉਹਨੇ ਦੇਖਿਆ ਹੈਗਾ ਵੀ ਇਹ ਤਾਂ ਇੰਦਰ ਦੇਵਤੇ ਨੇ ਚਾਲ ਕ੍ਰਿਸ਼ਨ ਭਗਵਾਨਾਂ ਖੇਲੀ ਆ ਉਸੇ ਟਾਈਮ ਫਿਰ ਉਹ ਗਰੜ ਨੇ ਫਿਰ ਉਸ ਗਊ ਦੇ ਉੱਤੇ ਆਪਣਾ ਜਿਹੜਾ ਸੀ ਉਹ ਹਮਲਾ ਕੀਤਾ ਸਗਾ ਤੇ ਜਦੋਂ ਹਮਲਾ ਕੀਤਾ ਸੀ ਇਸ ਹਮਲੇ ਦੇ ਵਿੱਚ ਜਿਹੜੀ ਗਊ ਸੀਗੀ ਉਹ ਜਿਹੜੀ ਸੀ ਉਹਨਾਂ ਟਾਈਮਾਂ 'ਚ ਜ਼ਖਮੀ ਹੋਈ ਸੀ ਸੋ ਪ੍ਰਾਚਨ ਕਥਾ ਦੇ ਅਨੁਸਾਰ ਉਸ ਗਊ ਮਾਤਾ ਦੀ ਪੂਛ ਤੋਂ ਜਿਹੜਾ ਖੂਨ ਨਿਕਲ ਕੇ ਧਰਤੀ ਤੇ ਡਿਗਿਆ ਸੀ ਦੱਸਦੇ ਆ ਕਿ ਉਹਦੀ ਹਨਾ ਫਿਰ ਗੋਭੀ ਬਣੀ ਸੀ ਤੇ ਜਿਹੜਾ ਕੰਨਾਂ ਦੇ ਵਿੱਚੋਂ ਖੂਨ ਡਿਗਿਆ ਸੀ ਉਹਦਾ ਬਿੰਗਣ ਬਣਿਆ ਸੀਗਾ ਜਿਹੜਾ ਲੱਤ ਤੋਂ ਖੂਨ ਡਿਗਿਆ ਸੀ ਉਹਦਾ ਤਮਾਕੂ ਬਣਿਆ ਸੀਗਾ ਤੇ ਜਿਹੜਾ ਖੁਰ ਤੋਂ ਖੂਨ ਡਿਗਿਆ ਸੀ ਉਹ ਤੋਂ ਲਸਣ ਬਣਿਆ ਸੀਗਾ ਸੋ ਇਹ ਜਿਹੜੀਆਂ ਚਾਰ ਚੀਜ਼ਾਂ ਸੀਗੀਆਂ ਦੱਸਦੇ ਇਸ ਯੁੱਧ ਦੇ ਵਿੱਚ ਉਸ ਗਾਂ ਦਾ ਤੇ ਕ੍ਰਿਸ਼ਨ ਭਗਵਾਨ ਦੇ ਗਰੜ ਦਾ ਇਹਨਾਂ ਦੋਨਾਂ ਦਾ ਜਦ ਹੋਇਆ ਸੀਗਾ ਜਿਹਦੇ ਵਿੱਚ ਇਹ ਚੀਜ਼ਾਂ ਜੜੀਆਂ ਸੀਗੀਆਂ ਇਹ ਉਹਨਾਂ ਟਾਈਮਾਂ ਦੇ ਵਿੱਚ ਫਿਰ ਪ੍ਰਗਟ ਹੋਈਆਂ ਸੀਗੀਆਂ ਪਰ ਉਸ ਤੋਂ ਬਾਅਦ ਫਿਰ ਜਿਹੜੀ ਸੀ ਉਹ ਗਾਂ ਉਸ ਨੂੰ ਇਹ ਵੀ ਪਤਾ ਲੱਗਾ ਹੈਗਾ ਕਿ ਇੱਕ ਵਾਰ ਕ੍ਰਿਸ਼ਨ ਭਗਵਾਨ ਨੇ ਜਦ ਜੰਗਲ ਦੇ ਵਿੱਚ ਅੱਗ ਲੱਗੀ ਸੀ ਤਾਂ ਉਸ ਟਾਈਮ ਹਜ਼ਾਰਾਂ ਗਊਆਂ ਨੂੰ ਇਸ ਅੱਗ ਦੀ ਲਪੇੜ ਤੋਂ ਬਚਾਇਆ ਸੀਗਾ ਤੇ ਉਸ ਟਾਈਮ ਫਿਰ ਇਸ ਗਊ ਨੇ ਹੀ ਫਿਰ ਕ੍ਰਿਸ਼ਨ ਭਗਵਾਨ ਨੂੰ ਇਹ ਅਸ਼ੀਰਵਾਦ ਦਿੱਤੀ ਸੀ ਕਿ ਤੂੰ ਜਿੰਨੀਆਂ ਗਊਆਂ ਹੈਗੀਆਂ ਇਹਨਾਂ ਦੀ ਰੱਖਿਆ ਕੀਤੀ ਆ ਇਸ ਕਰਕੇ ਜਦ ਵੀ ਕਿਤੇ ਜ਼ਰੂਰਤ ਹੋਊਗੀ ਤੇ ਮੈਂ ਆਪ ਦੀ ਸ਼ਰਨ ਵਿੱਚ ਆਗਾ ਆਪ ਦੀ ਸੇਵਾ ਕਰੂੰਗੀ ਫਿਰ ਉਹ ਤੋਂ ਬਹੁਤ ਦੱਸਦੇ ਆ ਕਿ ਉਹ ਹੀ ਜਿਹੜੀ ਗਊ ਸੀਗੀ ਉਹ ਕ੍ਰਿਸ਼ਨ ਭਗਵਾਨ ਜੀ ਦੇ ਸ਼ਰਨ 'ਚ ਆ ਗਈ ਸੀ ਤੇ ਇਸ ਤਰ੍ਹਾਂ ਫਿਰ ਜਿਹੜੇ ਕ੍ਰਿਸ਼ਨ ਭਗਵਾਨ ਸੀਗੇ ਇਹ ਜੁੱਧ ਜਿੱਤ ਕੇ ਇਹ ਪਾਰਜਾਤ ਰੁੱਖ ਲੈ ਕੇ ਫੇਕਿੰਦੇ ਧਰਤੀ ਤੇ ਪਹੁੰਚੇ ਸੀਗੇ ਤੇ ਇਹ ਹੀ ਰੁੱਖ ਕ੍ਰਿਸ਼ਨ ਭਗਵਾਨ ਨੇ ਫਿਰ ਦਵਾਰਕਾ ਦੇ ਵਿੱਚ ਸਤਿਆ ਭਾਂਬਾਂ ਦੇ ਬਾਗ ਦੇ ਵਿੱਚ ਲਾਇਆ ਸੀਗਾ ਇਸ ਨੂੰ ਹੀ ਗਰਵਾਣੀ ਨੇ ਜਿਹੜਾ ਪ੍ਰਮਾਣ ਦੇ ਤੌਰ ਤੇ ਦੱਸਿਆ ਹੈ ਕਿ ਜੁਜਮੇ ਜੋਰ ਛਲੀ ਚੰਦਰਾਬਲ ਕਾਨਕ੍ਰਿਸ਼ਨ ਜਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੇ ਰੰਗ ਗਿਆ ਸੋਦਾਸ ਇਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਹੋ ਆ ਜੀ ਹੋਈਆਂ ਅਨੇਕਾਂ ਗਲਤੀਆਂ ਦੀ ਖਿਮਾ ਕਰਨੀ ਜੀ ਸੋ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ